ਜੀ ਆਪਣੇ ਮਹਿਮਾਨ ਆ ਰਹੇ ਇੰਗਲੈਂਡ ਤੋਂ, ਉਹਨਾਂ ਦਾ ਇੰਤਜ਼ਾਮ ਵਗੈਰਾ ਅੱਜ ਕੀਤਾ ਵਾ। ਇੱਥੇ ਜੀ ਪਾਣੀ ਲੈਣ ਆਏ ਹਾਂ ਅਤੇ ਤਕਰੀਬਨ ਹੁਣ ਪਾਣੀ ਲੈ ਕੇ ਜਾਣਾ ਵਾ, ਇੱਥੇ ਪਵਾਇਆ ਵਾ ਥੋੜ੍ਹਾ ਕੁ ਪੈਟਰੋਲ ਅਤੇ ਹੁਣ ਫਰੈਸ਼ਰ ਲੈ ਕੇ ਜਾਣਾ ਵਾ। ਅਤੇ ਉਹ ਤੈਯਬ ਵੀ ਆਇਆ ਸੀਗਾ ਸੁਬਹਾ, ਕਹਿੰਦਾ ਮੈਂ ਵੀ ਨਾਲ ਜਾਣਾ ਵਾ। ਚਲੋ ਦੋ ਤਿੰਨ ਪੇੜ ਅੱਜ ਹੈ ਨਾ, ਅਤੇ ਦੋ ਤਿੰਨ ਪੇੜ ਹੈਗੇ ਅੱਜ, ਉਹ ਗਾਉਂਦੇ ਹਾਂ। ਆਪਣੀ ਅੱਜ ਗਾਉਣ ਦਾ ਇਰਾਦਾ ਸੀ, ਲੇਕਿਨ ਹੁਣ ਉਹ ਗਾਵਾਂਗੇ ਕੱਲ੍ਹ ਨੂੰ। ਕੱਲ੍ਹ ਨੂੰ ਗਾਉਣੀ ਆ ਨਾ, ਕੱਲ੍ਹ ਨੂੰ ਆਪਣੀ ਕਿਸੇ ਦੀ ਵੀ ਨਹੀਂ ਗਾਉਣੀ, ਕੱਲ੍ਹ ਨੂੰ ਆਪਣੀ ਗਾਉਣੀ ਆ ਅਤੇ ਫਿਰ ਇਨਸ਼ਾਅੱਲਾ ਤਾਲਾ ਨਾਲ ਬਾਅਦ 'ਚ ਕਿਸੇ ਦੀ ਗਾਵਾਂਗੇ। ਅੱਜ ਚਲੋ ਬੰਦੇ ਦੀ ਗਾਹ ਕੋ ਦਿੰਦੇ ਹਾਂ, ਕੱਲ੍ਹ ਆਪਣੀ ਗਾਹ ਜੇ ਤਿਉਹਾਰ ਵਾਲੇ ਦਿਨ ਕਰਨੀ ਗਾਉਣੀ, ਉਹਦੇ 'ਚ ਤੁਲੀ ਬੀਜਣੀ ਆ ਅਤੇ ਸਿਹਾੜਾਂ ਵਾਲੀ ਯਾਦਗਾਰ ਤੁਲੀ ਬੀਜਣੀ। ਸਹੀ ਗੱਲ ਹੈ। ਟਰੈਕਟਰ ਆਪਣਾ ਲੈ ਗਏ ਅਤੇ ਟਰੈਕਟਰ ਆਪਾਂ ਕੋਲ ਚੱਲੇ ਮੋਟਰਸਾਈਕਲ 'ਤੇ, ਉਹ ਸਾਹਮਣੇ ਅੱਜ ਗਾਉਣੀ ਆਪਣੀ, ਤਾਂ ਕੱਲ੍ਹ ਹੀ ਗਾਉਣੀ ਆ, ਹੁਣ ਇਹ ਕਨਫਰਮ ਹੋ ਗਿਆ ਵਾ। ਉਹ ਲੱਗੀ ਅਤੇ ਆਹ ਮੇਰੇ ਨਾਲ, ਇਹਨੂੰ ਵੀ ਅੱਜ ਆਪਾਂ ਧੁੱਪੇ ਰੱਖਣਾ ਸਾਰੀ ਧਿਆਨ। ਆਪੇ ਜੀ ਥਰੈਸ਼ਰ ਲਿਆ ਕੇ ਆਪਾਂ ਇੱਥੇ ਲਾ ਦਿੱਤੀ ਆ, ਅਤੇ ਤਕਰੀਬਨ ਇੱਥੇ ਡੇਢ ਕੁ ਘੰਟਾ ਲੱਗਣਾ ਵਾ, ਕਿਉਂਕਿ ਡੇਢ ਕੁ ਪੈਲੀ ਆ, ਡੇਢ ਕੁ ਘੰਟਾ ਲੱਗਣਾ ਵਾ। ਅਤੇ ਉਸ ਤੋਂ ਬਾਅਦ ਜਾ ਕੇ ਗਾਉਣੀ ਆਪਾਂ ਹੋਰ ਦੋ ਤਿੰਨ ਬੰਦਿਆਂ ਦੀ, ਉਹਨਾਂ ਨੇ ਜਾ ਕੇ ਗਾਉਣੀ, ਆਪਣਾ ਕਜ਼ਾ ਨਾਲ ਚੋਣਾ ਅਤੇ ਉਹਨਾਂ ਦੇ ਲਈ ਜਾ ਕੇ ਗਾਉਣੀ। ਆਪਾਂ ਨੇ ਹੁਣ ਕੱਲ੍ਹ ਨੂੰ ਗਾਉਂਗੇ, ਕਿਉਂਕਿ ਕੱਲ੍ਹ ਨੂੰ ਤਿੰਨ ਕੁ ਪੇ ਲੱਗਣੇ ਆ, ਪੰਜ ਛੇ ਘੰਟੇ ਲਗਾਤਾਰ ਆਪਣੇ, ਅਤੇ ਉਹ ਫਿਰ ਇੱਕ ਵਾਰੀ ਆਪਣੇ ਪੇੜ 'ਤੇ ਲੱਗਣਗੇ। ਇਸ ਵਾਸਤੇ ਨਾ ਇੱਥੋਂ ਲੱਗੀ ਆ, ਹੁਣ ਬਾਅਦ 'ਚੋਂ ਆ ਕੇ ਉੱਧਰ ਵੀ ਗਾਉਣੀ ਆ, ਸਿੱਧੀ ਸੜਕ ਜਾਂਦੀ ਹੈ ਅੱਗੇ। ਬਾਕੀ ਜੀ ਇੱਥੇ ਆਪਣੀ ਕਣਕ ਸਾਰੀ ਵੱਢ ਹੋ ਗਈ ਟੋਟਲੀ, ਅਤੇ ਛੋਬੇ ਲੈ ਕੇ ਆਏ ਸੀਗੇ ਦੋ। ਬਾਕੀ ਇੱਧਰ ਵਾਲੀ ਵੱਢਣ ਡੇ ਆ, ਦੇਖ ਸਕਦੇ ਤੁਸੀਂ, ਇੱਧਰੋਂ ਵੀ ਸਾਰੀ ਵੱਢ ਹੋ ਗਈ, ਯਾਨੀ ਆਪਣੀ ਕਣਕ 5 ਦੇ 5 ਕਿੱਲੇ ਨਾਲ ਵੱਢ ਹੋ ਗਏ ਆ। ਅਤੇ ਆਹ ਜਿਹੜੀ ਲੇਟ ਵੀ ਜੀ ਆ ਨਾ ਕਣਕ ਸਾਰੀ ਆ, ਜਿੰਨੀ ਤੁਹਾਨੂੰ ਨਜ਼ਰ ਆਉਣ ਡਈ ਆ, ਬਸ ਇਹ ਰਹਿ ਗਈ ਆ। ਇਹ ਵੱਢਣੀ ਵੀ ਥੋੜ੍ਹੀ ਆਪਾਂ ਲੇਟ ਹੀ, ਕਿਉਂਕਿ ਇਹ ਬੀਜੀ ਸੀਗੀ ਆਪਾਂ ਬੇਸਿਕਲੀ ਕਮਾਦ ਚੁੱਕ ਕੇ ਇਹ ਲਾਈ ਸੀਗੀ ਕਣਕ, ਇਸ ਵਾਸਤੇ ਨਾ ਇਹ ਲੇਕਿਨ ਪੱਕ ਤੇ ਗਈ ਆ, ਲੇਕਿਨ ਇਹ ਬਾਅਦ 'ਚ ਸਹੀ, ਪਹਿਲੇ ਆਹ ਗਾਉਣੀ ਆ। ਆਹ 3 ਕਿੱਲੇ ਆਹ ਵਾ, 2 ਕਿੱਲੇ ਇੱਧਰ ਆ ਜਿਹੜੇ ਵੱਢ ਹੋ ਗਏ, ਗਾਚਾ ਇੱਧਰ ਆਪਣੀ ਕਮਾਦ ਦੇ ਵਿੱਚ ਲਾਇਆ ਵਾ। ਬਾਕੀ ਚੱਲਦੇ ਹਾਂ, ਥਰੈਸ਼ਰ ਆਪਣੀ ਸੁਬਹਾ ਦੀ ਚੱਲਣ ਡਈ ਆ, ਜਿਸ ਸੁਬਹਾ ਤੁਹਾਨੂੰ ਦਿਖਾਈ ਸੀਗੀ ਉੱਥੋਂ ਹਟਾ ਕੇ ਅਤੇ ਇੱਕ ਹੋਰ ਪੇੜ 'ਤੇ ਲੈ ਕੇ ਗਏ ਸੀਗੇ, ਉੱਧਰ ਗਾਉਣ ਡੇ ਆ।
ਤੇ ਸ਼ਾਮਾਂ ਤੱਕ ਜੇ ਟਾਈਮ ਨਾਲ ਉਧਰੋਂ ਵੀ ਗਾਹ ਕੇ ਆ ਗਏ ਫਿਰ ਆਪਾਂ ਆਪਣੇ ਡੇਰੀ ਵਾਲੀ ਕਣਕ ਗਾਉਣੀ ਇੱਕ ਵੀਘਾ ਜਿਹੜੀ ਡੇਰੀ ਦੇ ਬੈਕ ਸਾਈਡ ਤੇ ਬੀਜੀ ਸੀਗੀ ਉਹ ਗਾਉਣੀ ਅੱਜ। ਚੱਲ ਆ ਦੇਖੀਏ ਜੀ ਉਹ ਜਿਹੜੀ ਡੇਰੇ ਵਾਲੀ ਮੂੰਹ ਦੇਖੋ ਲਪੇਟਾ ਜਿੱਦਾਂ ਮੱਖੀਆਂ ਮਾਰਨ ਚੱਲਾ ਲਪੇਟ ਰਹੀ ਆ ਲਾ ਬਾਲਾ ਫਟਾਫਟ ਆ ਗਏ ਅਸੀਂ ਮੈਂ ਗਾ ਕੇ ਹੁੰਦਾ ਜਾ ਲੈ ਕੇ ਤੂੰ ਮੋਟੀ ਹੋਵੇ ਮੋਟੀ ਲੈ ਜੀ ਆ ਲੈ ਲੈ ਸੰਦੀ ਤੂੰ ਚੱਲ ਜੇ ਪੀ ਪੀ ਕਰ ਪੀ ਕਿੱਥੋਂ ਹੁੰਦੀ ਆ ਇੱਥੋਂ ਹੁੰਦੀ ਆ ਇੱਥੋਂ ਇੱਥੋਂ ਹੁੰਦੀ ਆ ਇੱਥੋਂ ਹੁੰਦੀ ਆ ਪੀ ਕਰ ਆਇਆ ਥੱਲੇ ਬਸ ਬਸ ਬੜੇ ਸਪੇਅਰ ਲਿਆਉਣਾ ਲੱਭ ਲੱਭ ਸਪੇਅਰ ਰੱਖ ਲਓ ਉਹ ਜੀ ਇੱਥੇ ਘੁੰਮਣ ਡਏ ਇੱਕ ਜੁੱਤੀ ਲੈਣ ਆਇਆ ਸਾਨੂੰ ਜੁੱਤੀ ਵਾਲੀ ਦੁਕਾਨ ਨਹੀਂ ਲੱਭਣ ਡਈ ਆ ਬੰਦਾ ਡਰਾਈਵਰ ਬਣਿਆ ਦੁਕਾਨ ਨਹੀਂ ਚੱਲ ਜਾਣ ਦੇ ਬਾਕੀ ਜੀ ਅੱਜ ਦਾ ਆਪਣਾ ਸਾਰਾ ਦਿਨ ਇੱਥੇ ਘਰ ਹੀ ਗੁਜ਼ਰ ਗਿਆ ਥਰੈਸ਼ਰ ਆਪਣੀ ਲਗੇ ਸੀਗੇ ਅਤੇ ਗਾਹ ਕੇ ਆਉਣ ਡਏ ਉਹ ਸਾਹਮਣੇ ਥਰੈਸ਼ਰ ਆ ਗਈ ਆਪਣੀ ਅਤੇ ਬੇਸਿਕਲੀ ਜੀ ਆਪਣੇ ਮਹਿਮਾਨ ਆ ਰਹੇ ਇੰਗਲੈਂਡ ਤੋਂ ਉਹਨਾਂ ਦਾ ਇੰਤਜ਼ਾਮ ਵਗੈਰਾ ਅੱਜ ਕੀਤਾ ਵਾ ਜਿਹਦੀ ਵਜ੍ਹਾ ਤੋਂ ਨਾ ਅਤੇ ਸਾਰੀ ਜਿਹੜੀ ਘਰ ਗੁਜ਼ਰ ਗਈ ਆਪਣੀ ਅੱਜ ਅਸੀਂ ਤਿੰਨ ਪੇੜ ਗਾ ਕੇ ਆਏ ਹਾਂ ਤਿੰਨ ਹੀ ਤਕਰੀਬਨ ਠੀਕ ਰਹੇ ਕੱਲ੍ਹ ਨੂੰ ਚੱਲ ਆਪਣੀ ਗੁਣੀ ਆ ਠੀਕ ਹੋ ਗਿਆ ਟਰੈਕਟਰ ਵੇਖ ਲਓ ਜੀ ਸਾਡਾ ਆਹ ਦੇਖੋ ਜੀ ਬੰਦਾ ਆਹ ਪਿੱਛੇ ਲੱਟਾਂ ਲਵਾਈਆਂ ਇੱਕ ਇੱਧਰ ਲਾਲ ਲਾਈਟ ਥਰੈਸ਼ਰ ਦੇ ਇੱਕ ਆਹ ਚਿੱਟੀ ਲੱਗੀ ਆ ਇੱਧਰ ਪਿੱਛੇ ਦਾਣੇ ਦੁਣਿਆਂ ਵਾਲੇ ਇੱਕ ਉਹ ਲਾਲ ਲਾਈਟ ਲੱਗੀ ਆ ਬਾਕੀ ਇਹ ਪਿੱਛੇ ਲਾਈ ਆ ਲਾਈਟ ਇੱਥੇ ਨਾ ਦਾਣਿਆਂ 'ਤੇ ਨਜ਼ਰ ਆਉਂਦੀ ਰਹੂਗੀ ਪਰ ਮੈਂ ਜਿਹੜਾ ਲੱਗਾ ਸਹੀ ਆ ਲਾਈਟਾਂ ਅੱਲਾ ਦੇ ਬਣਾ ਲੈਂਦੇ ਲਓ ਜੀ ਸਾਰੇ ਨਾਨਾ ਜੀ ਆਏ ਇੰਗਲੈਂਡ ਤੋਂ ਅਤੇ ਕਾਫੀ ਅਰਸੇ ਬਾਅਦ ਆਏ ਆ ਦੁਬਾਰਾ ਕੀ ਕਹਿਣਾ ਚਾਹੋਗੇ ਪਾਕਿਸਤਾਨ ਨੂੰ ਸਲਾਮ ਬਸ ਇਹੀ ਕਹਿਣਾ ਗਰਮੀ ਦੇ ਨਜ਼ਾਰੇ ਲੁੱਟ ਕੇ ਆਏ ਆ ਅਤੇ ਪਾਕਿਸਤਾਨ ਜ਼ਿੰਦਾਬਾਦ ਤੇ ਆ ਖੇੜੀ ਪਾਈ ਹੈ ਇਹ ਜਨਾਬ ਇਹ ਖੇੜੀ ਪਾਈ ਹੈ ਇਹ ਮੈਂ ਉੱਥੋਂ ਲਿਆਇਆ ਮਾਂਚੈਸਟਰੋਂ ਇੰਗਲੈਂਡੋਂ ਅਤੇ ਬਸ ਬਾਕੀ ਠੀਕ ਆ ਮੌਜਾਂ ਲੁੱਟੋ ਬਾਕੀ ਜੀ ਰਾਤੀ ਆਪਾਂ ਵਲੋਗ ਕੰਟੀਨਿਊ ਨਹੀਂ ਕਰ ਸਕੇ ਹੈਗੇ ਕਿਉਂਕਿ ਆਪਣੇ ਨਾ ਇੰਗਲੈਂਡ ਤੋਂ ਮਹਿਮਾਨ ਆਏ ਸੀਗੇ ਅਤੇ ਉਹ ਕਾਫੀ ਦੇਰ ਫਿਰ ਰੁਕ ਵੀ ਗਏ ਸੀਗੇ ਅਤੇ ਨਾਨਾ ਜੀ ਆਏ ਸੀਗੇ ਮੇਰੇ ਅਤੇ ਆਪਣੇ ਘਰ ਦੀ ਅਤੇ ਉਹ ਨਾ ਤਕਰੀਬਨ ਗਏ ਸੀ ਕਾਫੀ ਲੇਟ ਅਤੇ ਇਸ ਵਜ੍ਹਾ ਤੋਂ ਕੱਲ੍ਹ ਆਪਾਂ ਬਹੁਤਾ ਮਰੱਬੇ ਵੀ ਨਹੀਂ ਗਏ ਸੀਗੇ ਕਿਉਂਕਿ ਉਹਨਾਂ ਨੇ ਆਉਣਾ ਸੀਗਾ ਇੰਤਜ਼ਾਮ ਵਗੈਰਾ ਥੋੜ੍ਹਾ ਕੁ ਕੀਤਾ ਸੀਗਾ ਅਤੇ ਉਹ ਵਲੋਗ ਛੋਟਾ ਜਿਹਾ ਹੀ ਸੀਗਾ ਇਸ ਵਲੋਗ ਨੂੰ ਜਿਹੜੇ ਵੀ ਦੋਸਤ ਨਵੇਂ ਆ ਗੁਜ਼ਾਰਿਸ਼ ਆ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰ ਦਿਓ ਓਕੇ ਜੀ ਅੱਲਾ ਹਾਫਿਜ਼